ਮੇਰੇ ਅਤੀ ਪਿਆਰਿਓ, ਯੇਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਤੁਸੀਂ ਇੱਥੇ ਜੋ ਵੇਖ ਰਹੇ ਹੋ, ਇਹ ਸਾਰੀ ਦੁਨੀਆ ਵਿੱਚ ਬਹੁਤ ਹੀ ਪ੍ਰਸਿੱਧ ਨਿਆਗਰਾ ਫਾਲਸ ਹੈ। ਇਸ ਦੇ ਸਾਹਮਣਿਓਂ ਮੈਂ ਤੁਹਾਨੂੰ ਪ੍ਰਚਾਰ ਕਰ ਰਿਹਾ ਹਾਂ। ਇਹ ਵਾਲਾ ਪਾਸਾ ਅਮਰੀਕਾ ਵਿੱਚ ਆਉਂਦਾ ਹੈ ਅਤੇ ਇਸ ਫਾਲਸ ਦੇ ਦੂਸਰੇ ਪਾਸੇ ਜੋ ਤੁਸੀਂ ਵੇਖ ਰਹੇ ਹੋ ਉਹ ਕੈਨੇਡਾ ਦੇਸ਼ ਹੈ। ਇਸ ਫਾਲਸ ਦਾ ਪਾਣੀ ਦੋਵਾਂ ਦੇਸ਼ਾਂ ਵਿੱਚੋਂ ਹੇਠਾਂ ਨਦੀ ਦੇ ਵਿੱਚ ਡਿੱਗਦਾ ਹੈ ਅਤੇ ਅੱਗੇ ਵਹਿੰਦਾ ਹੈ। ਇਸ ਦੇ ਪਾਣੀ ਦੇ ਹੇਠਾਂ ਡਿੱਗਣ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ। ਹਰ ਦਿਨ 12 ਮਹੀਨੇ 24 ਘੰਟੇ ਇਹ ਪਾਣੀ ਲਗਾਤਾਰ ਵਹਿੰਦਾ ਹੈ। ਇਸ ਦਾ ਪਾਣੀ ਕਦੇ ਵੀ ਨਹੀਂ ਸੁੱਕਦਾ ਹੈ। ਇੰਨੇ ਸਾਲਾਂ ਦੇ ਇਤਿਹਾਸ ਦੇ ਦੌਰਾਨ ਕਦੇ ਵੀ ਇਸ ਦਾ ਪਾਣੀ ਨਹੀਂ ਸੁੱਕਿਆ ਹੈ। ਠੀਕ ਹੈ, ਆਓ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਾਂਗੇ। ਅੱਜ ਦੇ ਲਈ ਵਚਨ ਹੈ ਯੂਹੰਨਾ 14 ਅਧਿਆਏ ਅਤੇ ਉਸ ਦੀ 27 ਆਇਤ। ਪ੍ਰਭੂ ਕਹਿੰਦਾ ਹੈ, ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਅੱਜ ਦਾ ਦਿਨ ਦੁਨੀਆ ਭਰ ਵਿੱਚ ਸ਼ਾਂਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਦੁਨੀਆ ਦੇ ਸਾਰੇ ਦੇਸ਼ਾਂ ਨੇ ਮਿਲ ਕੇ UN ਨਾਮਕ ਸੰਗਠਨ ਨੂੰ ਬਣਾਇਆ ਅਤੇ ਇਸ ਸੰਗਠਨ ਦੇ ਰਾਹੀਂ ਉਹਨਾਂ ਨੇ ਸਭ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਲੇਕਿਨ ਕੀ ਇਸ ਨਾਲ ਸ਼ਾਂਤੀ ਸਥਾਪਿਤ ਹੋਈ? ਬਿਲਕੁਲ ਨਹੀਂ ਹੋਈ। ਲੋਕਾਂ ਦੇ ਦਰਮਿਆਨ ਆਪਸ ਵਿੱਚ ਸ਼ਾਂਤੀ ਨਹੀਂ ਹੈ। ਕਿਸੇ ਦੇਸ਼ ਦੇ ਜੋ ਪ੍ਰਾਂਤ ਹਨ ਉਹਨਾਂ ਪ੍ਰਾਂਤਾਂ ਦੇ ਵਿਚਕਾਰ ਹੀ ਆਪਸੀ ਸ਼ਾਂਤੀ ਨਹੀਂ ਹੈ, ਮਤਭੇਦ ਹਨ। ਅਤੇ ਇਸ ਤੋਂ ਇਲਾਵਾ ਛੋਟੇ ਛੋਟੇ ਦੇਸ਼ਾਂ 'ਚ ਵੀ ਸ਼ਾਂਤੀ ਨਹੀਂ ਹੈ ਅਤੇ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ। ਪਰ ਸਾਨੂੰ ਸ਼ਾਂਤੀ ਦੇ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਦੇਸ਼ਾਂ 'ਚ ਕਦੋਂ ਸ਼ਾਂਤੀ ਆਏਗੀ? ਕਿਸੇ ਵੀ ਵਿਅਕਤੀ ਦੇ ਅੰਦਰ ਜਦੋਂ ਵਿਅਕਤੀਗਤ ਤੌਰ 'ਤੇ ਸ਼ਾਂਤੀ ਆਉਂਦੀ ਹੈ, ਇਸ ਨਾਲ ਉਸਦੇ ਪਰਿਵਾਰ ਵਿੱਚ ਸ਼ਾਂਤੀ ਆਉਂਦੀ ਹੈ, ਸਮਾਜ ਦੇ ਵਿੱਚ ਸ਼ਾਂਤੀ ਆਉਂਦੀ ਹੈ ਅਤੇ ਇਸ ਦੇ ਦੁਆਰਾ ਹੀ ਦੇਸ਼ ਦੇ ਵਿੱਚ ਵੀ ਸ਼ਾਂਤੀ ਵੱਧਦੀ ਹੈ। ਸੋ ਅੱਜ ਆਪਣੇ ਆਪ ਨੂੰ ਜਾਂਚਣ ਦੀ ਜ਼ਰੂਰਤ ਹੈ ਕਿ ਤੁਹਾਡੇ ਦਿਲ ਵਿੱਚ ਸ਼ਾਂਤੀ ਹੈ। ਅਸੀਂ ਵੇਖਦੇ ਹਾਂ ਕਿ ਮਨੁੱਖ ਅੱਜ ਸ਼ਾਂਤੀ ਦੇ ਲਈ ਭਟਕ ਰਿਹਾ ਹੈ। ਕਈ ਲੋਕ ਇਹ ਸੋਚਦੇ ਹਨ ਕਿ ਮੇਰੇ ਜੀਵਨ ਵਿੱਚ ਬਰਕਤ ਦੀ ਕਮੀ ਹੈ, ਪੈਸੇ ਦੀ ਕਮੀ ਹੈ, ਜੇ ਇਹ ਮੈਨੂੰ ਮਿਲ ਜਾਵੇ ਤਾਂ ਮੇਰੇ ਦਿਲ 'ਚ ਸ਼ਾਂਤੀ ਆਏਗੀ। ਮਨੁੱਖ ਆਪਣੇ ਜੀਵਨ 'ਚ ਪੈਸੇ ਦੇ ਰਾਹੀਂ ਜਾਂ ਪਦਵੀ ਦੇ ਰਾਹੀਂ ਜਾਂ ਆਪਣੀ ਮਾਣ ਮਰਿਆਦਾ ਦੇ ਰਾਹੀਂ ਸ਼ਾਂਤੀ ਨੂੰ ਲੱਭਦਾ ਹੈ, ਲੇਕਿਨ ਉਸਨੂੰ ਇਹ ਸ਼ਾਂਤੀ ਨਹੀਂ ਮਿਲਦੀ। ਇਸੇ ਅਮਰੀਕਾ ਦੇਸ਼ 'ਚ ਇੱਕ ਬਹੁਤ ਵੱਡਾ ਸੇਵਕ ਹੋਇਆ ਹੈ ਅਤੇ ਨਾਮ ਸੀ ਡਾਕਟਰ ਬਿੱਲੀ ਗ੍ਰਾਹਮ। ਆਪਣੀ ਸੇਵਕਾਈ ਦੇ ਦੌਰਾਨ ਜਦੋਂ ਉਹ ਸੇਵਾ ਦੇ ਲਈ ਜਗ੍ਹਾ ਜਗ੍ਹਾ ਯਾਤਰਾ ਕਰਦੇ ਸਨ ਤਾਂ ਉਸ ਸਮੇਂ ਉਹਨਾਂ ਨੂੰ ਇੱਕ ਟਾਪੂ ਉੱਤੇ ਸੇਵਾ ਲਈ ਬੁਲਾਇਆ ਗਿਆ। ਜਿਵੇਂ ਕਿ ਤੁਸੀਂ ਜਾਣਦੇ ਹੋ, ਦੁਨੀਆ ਵਿੱਚ ਬਹੁਤ ਸਾਰੇ ਟਾਪੂ ਹਨ ਅਤੇ ਉਹਨਾਂ 'ਚੋਂ ਇੱਕ ਟਾਪੂ ਉੱਤੇ ਉਹਨਾਂ ਨੂੰ ਸੇਵਕਾਈ ਲਈ ਸੱਦਾ ਪ੍ਰਾਪਤ ਹੋਇਆ। ਇਸ ਤਰ੍ਹਾਂ ਦੇ ਟਾਪੂਆਂ ਉੱਤੇ ਦੁਨੀਆ ਦੇ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਹੀ ਇੱਕ ਨਾਮੀ ਅਤੇ ਪ੍ਰਸਿੱਧ ਵਿਅਕਤੀ ਉਸੇ ਟਾਪੂ 'ਤੇ ਹੀ ਰਹਿੰਦਾ ਸੀ। ਜਦੋਂ ਉਸ ਵਿਅਕਤੀ ਨੇ ਇਹ ਸੁਣਿਆ ਕਿ ਸਾਡੇ ਟਾਪੂ 'ਤੇ ਪਰਮੇਸ਼ਰ ਦਾ ਦਾਸ ਆ ਰਿਹਾ ਹੈ ਤਾਂ ਉਸਨੇ ਉਸ ਸਭਾ ਦਾ ਆਯੋਜਨ ਕਰਨ ਵਾਲੇ ਵਿਅਕਤੀਆਂ ਬੇਨਤੀ ਕੀਤੀ ਅਤੇ ਕਿਹਾ ਕਿ ਜਦੋਂ ਉਹ ਦਾਸ ਆਵੇ ਤਾਂ ਤੁਸੀਂ ਪ੍ਰਭੂ ਦੇ ਉਸ ਦਾਸ ਨੂੰ ਮੇਰੇ ਘਰ ਵਿੱਚ ਜ਼ਰੂਰ ਲਿਆਉਣਾ। ਉਸਨੇ ਬਹੁਤ ਪਿਆਰ ਨਾਲ ਸੱਦਾ ਦਿੱਤਾ ਸੀ ਅਤੇ ਇਸ ਲਈ ਡਾਕਟਰ ਬਿੱਲੀ ਗ੍ਰਾਹਮ ਉਹਨਾਂ ਵਿਅਕਤੀਆਂ ਦੇ ਨਾਲ ਉਸ ਵਿਅਕਤੀ ਦੇ ਘਰ ਵਿੱਚ ਗਏ। ਜਦੋਂ ਡਾਕਟਰ ਬਿੱਲੀ ਗ੍ਰਾਹਮ ਉਸਦੇ ਘਰ ਵਿੱਚ ਪਹੁੰਚੇ ਤਾਂ ਉਹ ਉਸਦੇ ਵੱਡੇ ਮਹਿਲ ਵਰਗੇ ਘਰ ਨੂੰ ਵੇਖ ਕੇ ਹੈਰਾਨ ਹੋਏ। ਉਸ ਘਰ ਉੱਤੇ ਕਰੋੜਾਂ ਰੁਪਇਆ ਖਰਚ ਕਰਕੇ ਬਹੁਤ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਸੀ। ਸੋਨੇ ਚਾਂਦੀ ਦੀਆਂ ਵਸਤਾਂ ਨਾਲ ਘਰ ਵਿੱਚ ਸਜਾਵਟ ਕੀਤੀ ਗਈ ਸੀ। ਡਾਕਟਰ ਬਿੱਲੀ ਗ੍ਰਾਹਮ ਨੇ ਸੋਚਿਆ ਕਿ ਇਸਨੇ ਕਿੰਨਾ ਖਰਚ ਕੀਤਾ ਹੈ। ਫਿਰ ਉਹ ਵਿਅਕਤੀ ਜਦੋਂ ਡਾਕਟਰ ਬਿੱਲੀ ਗ੍ਰਾਹਮ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਸਨੇ ਡਾਕਟਰ ਬਿੱਲੀ ਗ੍ਰਾਹਮ ਨੂੰ
ਕਿਹਾ ਕਿ ਤੁਸੀਂ ਇਸ ਸਾਰੀ ਸਜਾਵਟ ਨੂੰ ਵੇਖ ਰਹੇ ਹੋ, ਤੁਸੀਂ ਮੇਰੇ ਸਾਰੇ ਘਰ ਨੂੰ ਵੇਖਿਆ ਹੈ ਤਾਂ ਡਾਕਟਰ ਬਿੱਲੀ ਗ੍ਰਾਹਮ ਨੇ ਕਿਹਾ ਕਿ ਕੋਈ ਕਮੀ ਨਹੀਂ ਹੈ, ਪਰ ਉਸਨੇ ਕਿਹਾ ਇਸ ਤਰ੍ਹਾਂ ਨਹੀਂ ਹੈ, ਮੇਰੇ ਦਿਲ ਵਿੱਚ ਕੋਈ ਸ਼ਾਂਤੀ ਨਹੀਂ ਹੈ, ਸੋ ਵੇਖੋ ਕਿ ਇੰਨਾ ਪੈਸਾ ਹੈ ਪਰ ਸ਼ਾਂਤੀ ਨਹੀਂ ਹੈ। ਅਤੇ ਉਸੇ ਸਮੇਂ ਡਾਕਟਰ ਬਿੱਲੀ ਗ੍ਰਾਹਮ ਨੇ ਉਸ ਵਿਅਕਤੀ ਨੂੰ ਪ੍ਰਭੂ ਯੇਸੂ ਮਸੀਹ ਦੇ ਬਾਰੇ ਦੱਸਿਆ ਅਤੇ ਕਿਹਾ ਕਿ ਪ੍ਰਭੂ ਯੇਸੂ ਮਸੀਹ ਹੀ ਸਾਨੂੰ ਸ਼ਾਂਤੀ ਦੇਣ ਵਾਸਤੇ ਸਲੀਬ 'ਤੇ ਕੁਰਬਾਨ ਹੋਇਆ ਅਤੇ ਆਪਣੀ ਜਾਨ ਦਿੱਤੀ, ਅਤੇ ਸਿਰਫ ਉਹੀ ਇੱਕ ਹੈ ਜਿਸ ਦੇ ਦੁਆਰਾ ਤੁਹਾਡੇ ਜੀਵਨ 'ਚ ਸ਼ਾਂਤੀ ਮਿਲ ਸਕਦੀ ਹੈ। ਅਤੇ ਉਸਨੂੰ ਪ੍ਰਭੂ ਯੇਸੂ ਮਸੀਹ ਦੇ ਬਾਰੇ ਦੱਸਿਆ। ਸੋ ਇੰਨਾ ਪੈਸਾ ਹੋਣ ਦੇ ਬਾਵਜੂਦ ਜੀਵਨ 'ਚ ਕੋਈ ਸ਼ਾਂਤੀ ਨਹੀਂ ਸੀ, ਸੋ ਪੈਸਾ ਸ਼ਾਂਤੀ ਨਹੀਂ ਦੇ ਸਕਦਾ, ਯੇਸੂ ਦੇ ਦੁਆਰਾ ਹੀ ਇਹ ਮਿਲ ਸਕਦੀ ਹੈ। ਡਾਕਟਰ ਬਿੱਲੀ ਗ੍ਰਾਹਮ ਨੇ ਯੇਸੂ ਦੀ ਸ਼ਾਂਤੀ ਪਾਉਣ ਲਈ ਉਸ ਤੋਂ ਸਮਰਪਣ ਕਰਾਇਆ। ਅੱਜ ਤੁਸੀਂ ਵੀ ਆਪਣੇ ਜੀਵਨ ਵਿੱਚ ਆਪਣੀ ਜਾਂਚ ਕਰਨੀ ਹੈ। ਤੁਹਾਡੇ ਕੋਲ ਬਹੁਤ ਧਨ ਦੌਲਤ ਹੈ, ਸਾਰੀਆਂ ਸੁੱਖ ਸੁਵਿਧਾਵਾਂ ਹਨ, ਸਭ ਕੁਝ ਹੈ, ਪਰ ਕੀ ਤੁਹਾਡੇ ਦਿਲ 'ਚ ਸੱਚੀ ਸ਼ਾਂਤੀ ਹੈ? ਉਸੇ ਸ਼ਾਂਤੀ ਨੂੰ ਦੇਣ ਵਾਸਤੇ ਹੀ ਯੇਸੂ ਮਸੀਹ ਨੇ ਉਸ ਕਲਵਰੀ ਸਲੀਬ 'ਤੇ ਆਪਣੇ ਆਪ ਨੂੰ ਇੱਕ ਬਲੀਦਾਨ ਵਜੋਂ ਚੜਾਇਆ। ਯੇਸੂ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਤੁਹਾਡੇ ਦਿਲ 'ਚ ਸ਼ਾਂਤੀ ਆਏਗੀ। ਅੱਜ ਪੂਰੇ ਦਿਲ ਤੋਂ ਦੁਆ ਕਰੋ, ਹੇ ਪ੍ਰਭੂ ਯੇਸੂ, ਤੂੰ ਮੇਰੇ ਦਿਲ ਵਿੱਚ ਆ ਅਤੇ ਮੈਨੂੰ ਆਪਣੀ ਸ਼ਾਂਤੀ ਪ੍ਰਦਾਨ ਕਰ। ਕੀ ਅੱਜ ਵਿਸ਼ਵਾਸ ਦੇ ਨਾਲ ਤੁਸੀਂ ਇਹ ਦੁਆ ਕਰੋਗੇ? ਉਸ ਸੱਚੀ ਸ਼ਾਂਤੀ ਨੂੰ ਅੱਜ ਹੀ ਪ੍ਰਭੂ ਯੇਸੂ ਤੁਹਾਨੂੰ ਦੇਣਾ ਚਾਹੁੰਦਾ ਹੈ। ਅੱਜ ਤੁਸੀਂ ਇਸ ਵਚਨ ਨੂੰ ਧਿਆਨ ਨਾਲ ਸੁਣਿਆ ਹੈ ਤਾਂ ਪਰਮੇਸ਼ਰ ਤੁਹਾਡੇ ਨਾਲ ਹੀ ਆਪਣੇ ਵਚਨ ਦੇ ਦੁਆਰਾ ਗੱਲ ਕਰ ਰਿਹਾ ਹੈ। ਅੱਜ ਜੋ ਵੇਖ ਰਹੇ ਹਨ, ਜੇ ਉਹਨਾਂ 'ਚੋਂ ਕਿਸੇ ਦੇ ਦਿਲ 'ਚ ਸ਼ਾਂਤੀ ਨਹੀਂ ਹੈ ਤਾਂ ਸੱਚੇ ਦਿਲ ਨਾਲ ਪ੍ਰਾਰਥਨਾ ਕਰੋ ਅਤੇ ਕਹੋ, ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦਾ ਹਾਂ, ਤੂੰ ਮੇਰੇ ਦਿਲ 'ਚ ਆਪਣੀ ਸ਼ਾਂਤੀ ਪ੍ਰਦਾਨ ਕਰ। ਹੇ ਸ਼ਾਂਤੀ ਦੇ ਪਰਮੇਸ਼ਰ, ਮੈਨੂੰ ਸ਼ਾਂਤੀ ਦੇਣ ਵਾਸਤੇ ਤੂੰ ਸਲੀਬ 'ਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ। ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦਾ ਹਾਂ, ਮੈਨੂੰ ਸ਼ਾਂਤੀ ਦੇ। ਯੇਸੂ ਦੇ ਨਾਮ ਵਿੱਚ ਆਮੀਨ, ਆਮੀਨ।